ਫੰਡਾ, ਫੋਨ ਦਾ ਫੰਡਾ। ਮੇਰਾ ਗਾਣਾ ਚਲਾ ਦਿਓ। ਹੈਲੋ, ਹਾਏ ਪਿਆਰ ਭਰੀ, ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਚੜ੍ਹਦੀ ਕਲਾ ਟਾਈਮ ਟੀਵੀ। ਮੈਂ ਹਜੀ ਤੁਹਾਡਾ ਦੋਸਤ ਅਤੇ ਪ੍ਰੋਗਰਾਮ ਦਾ ਹੋਸਟ। ਪ੍ਰੋਗਰਾਮ ਦਾ ਨਾਮ ਹੈਗਾ ਫੋਨ ਕਾ ਫੰਡਾ। ਹਰ ਸੋਮਵਾਰ, ਬੁੱਧਵਾਰ, ਸ਼ੁੱਕਰਵਾਰ ਦੁਪਹਿਰ ਨੂੰ 2 ਵਜੇ ਲੈ ਕੇ ਹਾਜ਼ਰ ਹੁੰਦੇ ਹਾਂ, 2 ਵਜੇ ਯਾਨੀ ਕਿ ਲਾਈਵ ਇਸ ਚੈਨਲ 'ਤੇ। ਤੁਸੀਂ ਗੱਲਬਾਤ ਕਰ ਸਕਦੇ ਹੋ ਸਾਡੇ ਨਾਲ, ਸਾਡੇ ਇਸ ਪ੍ਰੋਗਰਾਮ 'ਚ ਸ਼ਾਮਲ ਹੋ ਸਕਦੇ ਹੋ। ਕਿਵੇਂ ਕਾਲ ਕਰਨੀ ਹੈ? ਟੀ ਵੀ ਸਕਰੀਨ 'ਤੇ ਨੰਬਰ ਚੱਲ ਰਿਹਾ 9216192162। ਇਸ ਨੰਬਰ 'ਤੇ ਕਾਲ ਕਰਕੇ ਆਪਣਾ ਨਾਮ ਦੱਸਣਾ ਹੈ, ਆਪਣੇ ਸ਼ਹਿਰ ਦਾ ਨਾਮ ਦੱਸਣਾ ਹੈ ਜਿੱਥੋਂ ਗੱਲ ਕਰ ਰਹੇ ਹੋ, ਉਸ ਏਰੀਏ ਜਗ੍ਹਾ ਦਾ ਨਾਮ ਦੱਸਣਾ ਹੈ, ਅਤੇ ਨਾਲ ਹੀ ਇਹ ਦੱਸਣਾ ਹੈ ਕਿ ਤੁਸੀਂ ਗਾਣਾ ਕਿਹੜੇ ਸਿੰਗਰ ਦਾ ਸੁਣਨਾ ਚਾਹੁੰਦੇ ਹੋ। ਕਿਉਂਕਿ ਇਸ ਪ੍ਰੋਗਰਾਮ 'ਚ ਅਸੀਂ ਜਿਹੜੀ ਮਿਊਜ਼ਿਕ ਵਾਲੀ ਫਰਮਾਇਸ਼ ਹੈ ਉਹ ਪੂਰੀ ਕਰਦੇ ਹਾਂ। ਤੁਹਾਡੇ ਚਾਹੇ ਤੇ ਕਲਾਕਾਰ ਆ ਜਿਨ੍ਹਾਂ ਨੂੰ ਤੁਸੀਂ ਪਸੰਦ ਕਰਦੇ ਹੋ, ਜਿਨ੍ਹਾਂ ਦੇ ਗਾਣੇ ਸੁਣਨਾ ਪਸੰਦ ਕਰਦੇ ਹੋ ਅਕਸਰ, ਉਸ ਚੀਜ਼ ਨੂੰ ਅਸੀਂ ਪੂਰਾ ਕਰਦੇ ਹਾਂ। ਨਾਲ ਨਾਲ ਗੱਲਾਂ ਵੀ ਚੱਲਦੀਆਂ ਰਹਿੰਦੀਆਂ ਨੇ। ਹਫ਼ਤਾ ਦੇ ਵਿੱਚ 3 ਦਿਨ ਅਸੀਂ ਆਉਂਦੇ ਹਾਂ, ਅਤੇ ਜਿਹੜਾ ਬੁੱਧਵਾਰ ਨੂੰ ਸਾਡਾ ਐਪੀਸੋਡ ਹੁੰਦਾ ਉਹ 1/2 ਘੰਟੇ ਦਾ ਹੁੰਦਾ, ਠੀਕ ਹੈ ਜੀ। ਸੋ ਇਸ ਹਿਸਾਬ ਨਾਲ ਅਸੀਂ, ਸਾਡੀ ਕੋਸ਼ਿਸ਼ ਇਹ ਰਹਿੰਦੀ ਕਿ ਜਿੰਨੇ ਵੱਧ ਤੋਂ ਵੱਧ ਸਾਡੇ ਨਾਲ ਦਰਸ਼ਕ ਜੁੜ ਸਕਣ, ਜਿੰਨੇ ਕਾਲਰ ਸਾਨੂੰ ਕਾਲ ਕਰ ਸਕਣ ਉਨਾ ਬੈਸਟ ਹੈ। ਸੋ ਗੱਲਾਂ ਬਾਤਾਂ ਤਾਂ ਚੱਲਦੀਆਂ ਹੀ ਰਹਿੰਦੀਆਂ ਨੇ, ਨਾਲ ਨਾਲ ਕਾਫੀ ਸਾਰੀਆਂ ਇੰਟਰਸਟਿੰਗ ਚੀਜ਼ਾਂ ਦੇ ਉੱਪਰ ਵੀ ਗੱਲਾਂ ਕਰਦੇ ਹੁੰਦੇ ਹਾਂ। ਲਾਈਕ ਜਿਵੇਂ ਤੁਹਾਡੇ ਕੋਲ ਕੋਈ ਟੈਲੈਂਟ ਹੈਗਾ, ਤੁਹਾਡੇ ਕੋਲ ਕੋਈ ਨੌਲੇਜ ਇੱਦਾਂ ਦੀ ਹੈਗੀ ਹੈ, ਹੈ ਨਾ, ਕਿ ਕਿਸੇ ਦਾ ਹੋਰ ਦਾ ਆਪਾਂ ਫਾਇਦਾ ਕਰਵਾ ਸਕਦੇ ਹਾਂ, ਕਿਸੇ ਦੀ ਨੌਲੇਜ ਵਧਾ ਸਕਦੇ ਹਾਂ। ਘਰ ਬੈਠੇ ਬੈਠੇ ਕਿੰਨਾ ਕੁਛ ਅਸੀਂ ਇੱਕ ਦੂਜੇ ਨਾਲ ਸ਼ੇਅਰ ਕਰ ਲੈਂਦੇ ਹਾਂ। ਵੈਸੇ ਅੱਜ ਦੇ ਦੌਰ 'ਚ ਅਸੀਂ ਮੋਬਾਈਲਾਂ ਰਾਹੀਂ ਸ਼ੇਅਰ ਕਰਦੇ ਹਾਂ ਇੱਕ ਦੂਜੇ ਨੂੰ, ਕੁਛ ਵੀ ਸ਼ੇਅਰ ਕਰਨਾ ਹੋਏ, ਰਾਈਟ, ਕਿਸੇ ਨੂੰ ਆਪਾਂ ਵਿਸ਼ ਵੀ ਕਰਨੀ ਹੋਏ ਨਾ, ਆਪਾਂ ਉਹ ਵੀ ਕਾਲ ਨਹੀਂ ਕਰਦੇ, ਮੈਸੇਜ ਇੱਕ ਕਰ ਦਿੰਦੇ ਹਾਂ ਕਿ ਹੈਪੀ ਬਰਥਡੇ, ਜਨਮ ਦਿਨ ਦੀ ਵਧਾਈ, ਜਾਂ ਕਿਸੇ ਨੂੰ ਕੋਈ ਹੋਰ ਵਿਸ਼ ਕਰਨਾ ਹੋਏ। ਪਰ ਇਹ ਪ੍ਰੋਗਰਾਮ ਇੱਦਾਂ ਦਾ, ਦੇਖੋ ਤੁਹਾਨੂੰ ਕਾਲ ਕਰਨਾ ਪੈਣਾ, ਮੈਸੇਜ ਕੀਤਿਆਂ ਨਹੀਂ ਸਰਨਾ, ਤੇ ਜਿਨ੍ਹਾਂ ਨੇ ਕਾਲ ਕੀਤਾ ਗੱਲ ਕਰਦੇ ਹਾਂ। ਹੈਲੋ, ਮੈਂ ਤਾਂ ਨਵੀਂ ਨਵੀਂ ਖੁਸ਼ੀ ਤੁਹਾਡੇ ਬੂਹੇ ਤੇ ਖਲੋਵੇ, ਰੱਬ ਕਰੇ ਤੁਹਾਡਾ ਹਰ ਸੁਪਨਾ ਸੱਚਾ ਹੋਵੇ, ਤੁਸੀਂ ਇੰਨੇ ਸਾਲ ਜੀਓ, ਹਠੂਰ ਕਰਦਾ ਦਵਾ ਜੱਡੀ, ਤਾਰਿਆਂ ਦੇ ਵਾਂਗ ਕਦੇ ਗਿਣਤੀ ਨਾ ਹੋਵੇ। ਸ਼ੁਕਰੀਆ ਜੀ, ਆਪ ਜੀ ਨੂੰ ਪਿਆਰ ਭਰੀ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਇਕਬਾਲ ਸਿੰਘ, ਮੇਨ ਮਜ਼ਾਰ ਹਠੂਰ, ਤਹਿਸੀਲ ਜਗਰਾਉਂ, ਜ਼ਿਲ੍ਹਾ ਲੁਧਿਆਣਾ ਤੋਂ ਬੋਲ ਰਿਹਾ ਜੀ। ਗੀਤ ਸੁਣਨਾ ਜੀ, ਮਨ ਕੀਰਤ ਔਲਖ ਦਾ। ਜ਼ਰੂਰ ਸੁਣਾਵਾਂਗੇ, ਤੇ ਕੋਈ ਖਾਸ ਮੈਸੇਜ ਸੁਨੇਹਾ? ਨਹੀਂ, ਉਹ ਤੁਸੀਂ ਆਪ ਦੇਣਾ ਗਾ ਦੇਖ ਕੇ, ਬ੍ਰੇਕ ਦੇ ਵਿੱਚ ਪਹਿਲਾਂ ਚੈੱਕ ਕਰ ਲਿਓ, ਠੀਕ ਹੈ ਜੀ। ਮੋਬਾਈਲ ਉਹ ਤੁਸੀਂ ਦੇ ਦੇਣਾ ਜੀ, ਉਹ ਤੁਹਾਡੇ ਰਾਹੀਂ ਲੈਣਾ। ਅੱਛਾ ਜੀ, ਜ਼ਰੂਰ ਜੀ, ਜ਼ਰੂਰ। ਤੇ ਅੱਜ ਵੈਸੇ ਗੱਲ ਇਹ ਕਰ ਰਹੇ ਤੁਸੀਂ, ਹੁਣੇ ਫੇਰ ਗੱਲ ਇਹ ਕੀਤੀ ਕਿ ਤਾਰਿਆਂ ਦੀ ਗੱਲ ਕੀਤੀ ਹੈ ਤੁਸੀਂ। ਹਾਂਜੀ ਹਾਂਜੀ ਹਾਂ, ਤਾਰਿਆਂ ਦੀ, ਤਾਰਿਆਂ ਦੀ ਗੱਲ ਕਰ ਰਹੇ ਹੋ ਤੁਸੀਂ। ਵੈਸੇ ਤੁਹਾਡਾ ਕੀ ਮੰਨਣਾ ਹੈ ਕਿ ਕਿੰਨੇ ਕੁ ਤਾਰੇ ਹੋ ਸਕਦੇ ਆ? ਤਾਰਿਆਂ ਦੀ ਤਾਂ ਕੋਈ ਗਿਣਤੀ ਹੀ ਨਹੀਂ ਹੈ ਜੀ, ਇਹ ਤਾਂ ਸਾਇੰਸ ਨੇ ਦੱਸਿਆ ਨਾ। ਵੈਸੇ ਬਚਪਨ 'ਚ ਕੀ ਪਤਾ ਨਹੀਂ ਸੀ, ਬਚਪਨ 'ਚ ਕੀ ਸੋਚ ਸੀ ਕਿ ਤਾਰਿਆਂ ਨੂੰ ਲੈ ਕੇ ਜਿਹੜੇ ਪਲੈਨਟ ਹੋਰ ਹੈਗੇ? ਬਚਪਨ 'ਚ ਪਏ ਬਸ ਦੇਖੀ ਜਾਂਦੇ ਹੁੰਦੇ ਸੀ, ਛੱਤ ਤੇ ਪਏ ਹੁੰਦੇ ਸੀ, ਮੰਜਿਆਂ ਤੇ ਮੂੰਹ ਬਾਹਾਂ ਨੂੰ ਚੱਕਿਆ ਹੁੰਦਾ ਸੀ, ਹਨਾ, ਦੇਖੀ ਜਾਣਾ, ਹਨਾ, ਦੇਖੀ ਜਾਣਾ, ਹਨਾ ਜੀ। ਬਿਲਕੁਲ ਬਿਲਕੁਲ, ਐਵੇਂ ਸਿਆਣਿਆਂ ਨੇ ਕੋਈ ਨਾ ਕੋਈ ਬੱਚਿਆਂ ਨੂੰ ਆਰੇ ਲਾਉਣ ਲਈ ਕੋਈ ਨਾ ਕੋਈ ਕਹਾਣੀਆਂ ਬਣਾਈਆਂ ਹੁੰਦੀਆਂ ਸੀ, ਹਨਾ। ਮੈਂ ਉਹੀ ਅੱਗੇ ਦਾ ਕੱਲ ਵੀ ਗੱਲਾਂ ਇਹੀ ਚੱਲਦੀਆਂ ਸੀ ਵੀ ਦਾਦੀਆਂ ਨਾਨੀਆਂ ਤੋਂ ਅਸੀਂ ਕਹਾਣੀਆਂ ਸੁਣਦੇ ਹੁੰਦੇ ਸੀ, ਹਨਾ, ਤੇ ਬੁਝਾਰਤਾਂ ਵੀ ਸੁਣੀ ਜਾਣੀਆਂ, ਕਹਿੰਦੇ ਬੁਝਾਰਤਾਂ ਨੀ, ਕਹਿੰਦੇ ਚੱਲ ਵੀ ਦਿਨੇ, ਕਹਿੰਦੇ ਵੀ ਜੇ ਦਿਨੇ ਬੁਝਾਰਤ ਪਾਈਏ ਤਾਂ ਮਾਮਾ ਰਾਹ ਭੁੱਲ ਜਾਂਦਾ। ਤਬਦੀਲ ਹੁੰਦਾ ਜਾ ਰਿਹਾ ਹੈ ਨਾ ਜੀ, ਜੀ ਜੀ ਬਿਲਕੁਲ। ਇਹ ਚੀਜ਼ਾਂ ਸਾਡੇ ਜੋ ਮਨਫੀ ਹੋ ਗਈਆਂ, ਹਨਾ ਰਤਮ ਜੀ, ਮਤਲਬ ਜੇ ਆਪਾਂ ਬੁਝਾਰਤਾਂ ਦੀ ਗੱਲ ਕਰੀਏ ਜਾਂ ਦਾਦੇ ਨਾਨੀਆਂ ਦੀ ਗੱਲ ਕਰੀਏ, ਹੁਣ ਆਪਾਂ ਜਿੰਨੇ ਕਮਰੇ ਆ
ਟੀਵੀ ਤਾਂ ਉਹਨੇ ਹੈਗੇ ਆ, ਪਰ ਹੁਣ ਟੀਵੀ ਕੋਈ ਦੇਖਦੇ ਬਹੁਤ ਘੱਟ ਆ, ਮੋਬਾਈਲ ਤੇ ਹਰੇਕ ਬੰਦਾ ਬਿਜੀ ਆ, ਹਰੇਕ ਬੰਦਾ ਮੋਬਾਈਲ ਤੇ ਬਿਜੀ ਆ, ਬਿਲਕੁਲ ਹਰ ਕੋਈ ਆਪਦੇ ਹੱਥ 'ਚ ਜਿਹੜਾ ਉਹਦੇ ਕੋਲ ਛੋਟਾ ਜਿਹਾ ਡਿਵਾਈਸ ਆ ਉਹਦੇ ਵਿੱਚ ਹੀ ਬਿਜ਼ੀ ਆ, ਬਿਕਾਜ਼ ਉਹ ਛੋਟੇ ਜਿਹੇ ਡਿਵਾਈਸ ਦੇ ਵਿੱਚ ਦੇਖੋ ਪੂਰੀ ਦੁਨੀਆ ਦੀ ਉਸ ਨੂੰ ਚੀਜ਼ ਪਤਾ ਚੱਲ ਰਹੀ ਹੈ। ਬਿਲਕੁਲ ਚੱਲ ਰਹੀ ਹੈ ਜੀ, ਪਰ ਗੱਲ ਸੁਣੋ, ਦੁਨੀਆ ਦੀਆਂ ਚੀਜ਼ਾਂ ਸਭ ਪਤਾ ਚੱਲ ਰਹੀਆਂ, ਹਾਂ, ਪਰ ਪਰਿਵਾਰ ਨਾਲੋਂ ਬੰਦਾ ਟੁੱਟ ਰਿਹਾ। ਸੋ ਪਰਿਵਾਰ ਨਾਲ ਜੁੜਦਾ ਬੰਦਾ ਉਦੋਂ ਜਦੋਂ ਟੀਵੀ ਦੇਖਦਾ ਹੈ, ਕਿਉਂਕਿ ਟੀਵੀ ਇੱਕ ਹੁੰਦਾ ਬੈਠਣਾ ਸਾਰਿਆਂ ਨੇ ਇੱਕ ਜਗ੍ਹਾ ਹੀ ਹੁੰਦਾ। ਬਿਲਕੁਲ ਬਿਲਕੁਲ ਜੀ, ਦੇਖੋ ਪੁਰਾਣਾ ਸਮਾਂ ਸੀ, ਨਾਲੇ ਐਂਟੀਨਾ ਲੋਡ ਕਰਨਾ ਉਹਨੂੰ, ਹਨਾ, ਜਦੋਂ ਚੈਨਲ ਨਾ ਚੱਲਣਾ, ਨਾਲੇ ਸਾਰੇ ਪਰਿਵਾਰ ਨੇ ਬੈਠ ਕੇ ਨਾਲੇ ਮੰਨਣਾ ਜੀ ਉਹਦਾ। ਇਹ ਚੀਜ਼ਾਂ ਅੱਜ ਕਰ ਇਸੇ ਚੀਜ਼ ਕਰਕੇ ਇਹ ਅਸੀਂ ਕੋਸ਼ਿਸ਼ ਇਹ ਹੈ, ਚੜ੍ਹਦੀ ਕਲਾ ਟਾਈਮ ਟੀਵੀ ਦੀ ਕੋਸ਼ਿਸ਼ ਇਹ ਹੈ ਜਿਹੜੇ ਸਾਡੇ ਪ੍ਰੋਗਰਾਮ ਨੇ ਕਿ ਤੁਹਾਨੂੰ ਜੋੜਿਆ ਜਾਏ, ਤੁਹਾਡੇ ਪਰਿਵਾਰ ਨੂੰ ਜੋੜਿਆ ਜਾਏ। ਅਸੀਂ ਇਸੇ ਕਰਕੇ ਜੁੜਦੇ ਹਾਂ ਨਾ, ਅਸੀਂ ਪੁਰਾਣੀਆਂ ਗੱਲਾਂ ਦੇਖੋ, ਬੱਚਿਆਂ ਨੂੰ ਕਿੰਨਾ ਕੁਝ ਪਤਾ ਲੱਗਦਾ, ਬਹੁਤ ਬੱਚੇ ਆ ਜਿਹੜੇ ਅਸੀਂ ਜੋੜ ਰੱਖੇ ਆ, ਉਹ ਸੁਣਦੇ ਆ ਇਹਨਾਂ ਚੀਜ਼ਾਂ ਨੂੰ। ਤੁਹਾਡਾ ਖਾਸ ਧੰਨਵਾਦ। ਆਹ ਚੀਜ਼ਾਂ ਇਹ ਹੁੰਦੀਆਂ ਸੀ, ਆਹ ਚੀਜ਼ਾਂ ਇਹ ਹੁੰਦੀਆਂ ਸੀ। ਦੇਖੋ ਕਿੰਨੀਆਂ ਚੀਜ਼ਾਂ ਪਤਾ ਚੱਲਦੀਆਂ ਛੋਟੀਆਂ ਛੋਟੀਆਂ, ਹੁਣ ਵੀ ਇਸ ਚੀਜ਼ ਨਾਲ ਕਾਫੀ ਜਣੇ ਐਗਰੀ ਕਰ ਰਹੇ ਹੋਣਗੇ ਜਿਹੜੀ ਗੱਲ ਆਪਾਂ ਕਰ ਰਹੇ ਹਾਂ। ਸ਼ੁਕਰੀਆ ਇਕਬਾਲ ਜੀ, ਧੰਨਵਾਦ ਕਾਲ ਕੀਤਾ ਹੈ ਤੁਸੀਂ। ਸ਼ੁਕਰੀਆ ਜੀ, ਮਿਹਰਬਾਨੀ ਜੀ, ਬ੍ਰੇਕ ਤੋਂ ਬਾਅਦ ਜੀ ਜੀ ਜ਼ਰੂਰ ਜੀ ਜ਼ਰੂਰ ਮਾਲਕੋ। ਸੋ ਗੱਲ ਉਹੀ ਹੈ, ਦੇਖਿਆ ਆਪਾਂ ਇਹੀ, ਮੈਂ ਹੁਣੇ ਸਟਾਰਟਿੰਗ 'ਚ ਗੱਲ ਕਰ ਰਿਹਾ ਸੀ, ਆਪਾਂ ਮੂੰਹੋਂ ਨਹੀਂ ਕਹਿਣਾ, ਪਰ ਆਪਾਂ ਮੈਸੇਜ ਕਰ ਦਿੰਦੇ ਹਾਂ ਕਿ ਇਹ ਚੀਜ਼ ਇੱਦਾਂ ਹੁੰਦੀ ਹੈ ਅਤੇ ਇਹ ਚੀਜ਼ ਇੱਦਾਂ ਹੁੰਦੀ ਹੈ, ਪਰ ਇੱਦਾਂ ਨਾ ਤੁਸੀਂ ਕਾਲ ਕਰਕੇ ਵੀ ਗੱਲ ਕਰ ਸਕਦੇ ਹੋ। ਫਿਲਹਾਲ ਗਾਣਾ ਸੁਣਾਉਂਦੇ ਹਾਂ ਇਹਨਾਂ ਨੂੰ ਕਿ ਬਿਲਕੁਲ ਰੈਡੀ ਹੈ, ਇੰਜੋਏ ਕਰਦੇ ਹਾਂ। ਸਿੰਪਲ ਜਿਹਾ ਨੰਬਰ 9161 9162 ਗੱਲ ਕਰਦੇ ਹਾਂ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਕੀ ਹਾਲ ਨੇ ਰਤਨ ਜੀ? ਦਇਆ ਕਿਰਪਾ ਪਾਤ, ਕਿਰਪਾ ਚਾਹੀਦੀ ਹੈ ਜੀ, ਠੀਕ ਠਾਕ ਹੋ? ਸਭ ਦਇਆ ਕਿਰਪਾ। ਘੁੰਮਣ ਫਿਰਨ ਗਏ ਸੀ ਕਿਤੇ? ਕੀ ਕਹਿ ਰਹੇ ਹੋ? ਮੈਂ ਫੋਨ ਪਹਿਲਾਂ ਤਾਂ ਤੁਸੀਂ ਮੈਨੂੰ ਇੱਕ ਗੱਲ ਅੱਜ ਮੈਨੂੰ ਕਲੀਅਰ ਕਰਕੇ ਜਾਓ, 3 ਐਪੀਸੋਡ ਤੋਂ ਇਹ ਚੀਜ਼ ਮੈਂ ਨੋਟ ਕਰ ਰਿਹਾ ਯਾਰ, ਇੰਨੀ ਸੋਹਣੀ ਗੱਲ ਹੁੰਦੀ ਸੀ ਆਪਣੀ, ਹਨਾ। ਤੁਸੀਂ ਆਪਦਾ ਟੀਵੀ ਕੋਈ LED ਜਿੱਥੇ ਵੀ ਦੇਖਦੇ ਹੋ ਪ੍ਰੋਗਰਾਮ, ਇਹ ਕਿਸੇ ਦੂਸਰੇ ਕਮਰੇ 'ਚ ਸ਼ਿਫਟ ਤਾਂ ਨਹੀਂ ਕਰ ਲਿਆ ਜਾਂ ਮੋਬਾਈਲ ਚੇਂਜ ਕਰ ਲਿਆ ਹੋਣਾ ਤੁਸੀਂ? ਇਹ ਹੋ ਸਕਦਾ ਹੈ, ਕਿਉਂ ਆਵਾਜ਼ ਪਤਾ ਨਹੀਂ ਕਿਉਂ ਥੋੜ੍ਹੀ ਜਿਹੀ ਡਿਸਟਰਬਿੰਗ ਜੀ ਆਉਂਦੀ ਹੈ, ਥੋੜ੍ਹਾ ਜਿਹਾ ਜਿਸ ਤਰ੍ਹਾਂ ਨੈਟਵਰਕ ਇਸ਼ੂ ਹੁੰਦਾ ਹੈ ਨਾ, ਥੋੜ੍ਹਾ ਜਿਹਾ ਕੱਟ ਕੱਟ ਕੇ ਆਵਾਜ਼ ਆਉਂਦੀ ਹੈ। ਸੋ ਪਲੀਜ਼ ਬੇਨਤੀ ਹੈ ਜੀ, ਟੀਵੀ ਦੀ ਆਵਾਜ਼ ਘੱਟ ਰੱਖਣੀ ਹੈ ਅਤੇ ਥੋੜ੍ਹਾ ਤੁਸੀਂ ਟੀਵੀ ਤੋਂ ਦੂਰ ਹੋ ਜਾਣਾ, ਆਪਦਾ ਮੋਬਾਈਲ ਫੋਨ ਦੇ ਵਿੱਚ ਜੇ ਇੰਟਰਨੈਟ ਵਾਲੀ ਆਪਸ਼ਨ ਹੈਗੀ ਆ ਉਹਨੂੰ ਔਫ ਕਰ ਦਿਆ ਕਰੋ ਜਦੋਂ ਕਾਲ ਕਰਦੇ ਹੋ, ਥੋੜ੍ਹਾ ਜਿਹਾ ਨੈਟਵਰਕ ਦੇ ਵਿੱਚ ਥੋੜ੍ਹੀ ਜਿਹੀ ਹੈ ਨਾ ਆਪਾਂ ਨੂੰ ਫਾਇਦਾ ਹੋ ਜਾਂਦਾ ਹੈ, ਅਤੇ ਟੀਵੀ ਤੋਂ ਦੂਰ ਹੋ ਕੇ ਗੱਲ ਕਰਨੀ ਹੈ, ਇਸ ਚੀਜ਼ ਦਾ ਖਾਸ ਧਿਆਨ ਰੱਖਣਾ ਕਿਉਂਕਿ ਅੱਜ ਕੱਲ੍ਹ ਨੈਟਵਰਕ ਦੀ ਬਹੁਤ ਪ੍ਰੋਬਲਮ ਹੈਗੀ ਹੈ। ਸੋ ਜੇ ਕਾਲ ਕਰਦੇ ਹੋ ਗੱਲ ਨਾ ਹੋਈ, ਮਜ਼ਾ ਨਹੀਂ ਆਉਂਦਾ ਯਾਰ ਇਸ ਚੀਜ਼ ਦਾ। ਸੋ ਖਾਸ ਧਿਆਨ ਰੱਖਣਾ ਹੈ, ਪਰ ਕੋਈ ਗੱਲ ਨਹੀਂ, ਜੇ ਕਾਲ ਕੀਤਾ ਹੈ ਤਾਂ ਆਪਾਂ ਗਾਣਾ ਵੀ ਜ਼ਰੂਰ ਸੁਣਾਵਾਂਗੇ ਇਹਨਾਂ ਨੂੰ, ਅਤੇ ਆਓ ਪਹਿਲਾਂ ਗਾਣਾ ਇੰਜੋਏ ਕਰਦੇ ਹਾਂ। ਕਾਲਰ ਰੈਡੀ ਨੇ, ਗੱਲ ਕਰਦੇ ਹਾਂ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ, ਕਿੱਥੋਂ ਗੱਲ ਕਰ ਰਹੇ ਹੋ? ਅਸੀਂ ਸੰਤੇ ਤੋਂ ਲੱਗ ਗਏ ਹਾਂ। ਕਿੱਥੋਂ ਕ ਲੱਗੇ ਜੇ? ਪ੍ਰੋਗਰਾਮ ਤਾਂ ਦੇਖ ਰਹੇ ਸੀਗੇ? ਹਾਂਜੀ, ਪ੍ਰੋਗਰਾਮ ਦੇਖ ਰਿਹਾ, ਕਈ ਵਾਰ ਵਿੱਚੋਂ ਵਿਆਹਾਂ ਬੋਵਾਂ ਤੇ ਨਾ ਬੀਜੀ ਹੁੰਦੇ ਨਾ। ਹਾਂਜੀ ਹਾਂਜੀ ਹਾਂਜੀ, ਚਲੋ ਕੋਈ ਗੱਲ ਨਹੀਂ, ਜਦੋਂ ਵੀ ਟਾਈਮ ਮਿਲਦਾ, ਸਮਾਂ ਮਿਲਦਾ ਹੈ, ਹਰ ਇੱਕ ਦੀ ਲਾਈਫ ਦੇ ਵਿੱਚ ਕੁਛ ਤਰੀਕੇ ਦੀ ਜ਼ਿੰਮੇਵਾਰੀਆਂ ਹੈਗੀਆਂ ਨੇ, ਸਮਝਦੇ ਹਾਂ ਇਸ ਚੀਜ਼ ਨੂੰ ਵੀ,
ਤੇ ਗਾਣਾ ਦੱਸ ਦਿਓ ਕਿਹੜੇ ਸਿੰਗਰ ਦਾ ਸੁਣਨਾ ਅੱਜ? ਗਾਣਾ ਤੁਸੀਂ ਆਪਣੀ ਮਰਜ਼ੀ ਦੇ ਸੁਣਾ ਦਿਓ। ਜ਼ਰੂਰ ਸੁਣਾਵਾਂਗੇ ਜੀ ਆਪਦੀ ਮਰਜ਼ੀ ਦਾ। ਤੇ ਕਿੱਥੇ ਬਿਜ਼ੀ ਸੀਗੇ ਇਹ ਦੱਸੋ, ਘਰ ਦੇ ਕੰਮਾਂ ਕਾਰਾਂ 'ਚ ਹੀ ਬਿਜ਼ੀ ਰਹਿੰਦੇ ਹੋ? ਬਸ ਉਹਨੂੰ ਕਿਤੇ ਜਾਣਾ ਆਉਣਾ ਚਾਹੀਦਾ। ਇਹ ਤਾਂ ਹੈ, ਆਉਣਾ ਜਾਣਾ ਪੈਂਦਾ। ਪਰ ਅੱਜ ਕੱਲ ਬਹੁਤ ਟਾਈਮ ਇੱਦਾਂ ਦਾ ਹੋ ਗਿਆ ਜਿਹੜੇ ਹੁਣ ਸਾਡੇ ਵੱਡੇ ਹੈਗੇ, ਚਲੋ ਇਹ ਤਾਂ ਆ ਜਾ ਸਕਦੇ ਆ, ਚਲੇ ਵੀ ਜਾਂਦੇ ਆ ਕਿਤੇ ਵੀ, ਪਰ ਜਿਹੜੀ ਅੱਜ ਦੀ ਨੌਜਵਾਨ ਪੀੜ੍ਹੀ ਆ, ਤੁਹਾਨੂੰ ਲੱਗਦਾ ਇਹ ਚੀਜ਼ ਕਿ ਇਹਨਾਂ ਦਾ ਰੁਝਾਨ ਘੱਟ ਗਿਆ ਆਉਣ ਜਾਣ 'ਚ? ਹਾਂਜੀ ਹਾਂਜੀ, ਆਪਦੇ ਆਪਦੀ ਲਾਈਫ 'ਚ ਬਿਜ਼ੀ ਹੋ ਗਏ ਆ ਸਾਰੇ ਜਣੇ। ਹੋਰ ਕੀ ਕਾਰਨ ਲੱਗਦਾ ਕਿਹਦੇ ਕਰਕੇ? ਬਸ ਫੋਨਾਂ 'ਤੇ ਬਿਜ਼ੀ ਨੇ ਅੱਜ ਕੱਲ੍ਹ ਲੋਕ, ਫੋਨਾਂ ਦੇ ਵਿੱਚ ਬਿਜ਼ੀ ਨੇ, ਹਨਾ, ਫੋਨਾਂ ਨਾਲ ਸਾਰੀਆਂ ਰਿਸ਼ਤੇਦਾਰੀਆਂ ਪਾ ਲਈਆਂ। ਚਲੋ ਕੋਈ ਗੱਲ ਨੀ, ਤੁਸੀਂ ਇਸ ਚੀਜ਼ ਤੋਂ ਦੂਰ ਰਹੇ ਹੋ, ਇਸ ਚੀਜ਼ ਤੋਂ ਲੱਕੀ ਮੰਨਦੇ ਹੋ ਆਪਣੇ ਆਪ ਨੂੰ ਕਿ ਤੁਹਾਡੇ ਸਮੇਂ 'ਚ ਫੋਨ ਨਹੀਂ ਹੈਗੇ ਸੀ, ਇਹ ਸੋਚਦੇ ਹੋ ਕਿ ਤੁਹਾਡੇ ਸਮੇਂ 'ਚ ਵੀ ਫੋਨ ਹੋਣੇ ਚਾਹੀਦੇ ਸੀ? ਹਾਂਜੀ ਹਾਂਜੀ, ਹੁਣ ਤਾਂ ਬੱਚਿਆਂ ਕੋਲ, ਹੁਣ ਸਾਰਿਆਂ ਕੋਲ ਬੱਚਿਆਂ ਕੋਲ ਨੇ। ਹਾਂ, ਤੇ ਕਦੀ ਆਪਣੇ ਬੱਚਿਆਂ ਨੂੰ ਇਹ ਨਹੀਂ ਕਿਹਾ ਕਿ ਯਾਰ ਮੈਨੂੰ ਵੀ ਦੱਸੋ ਆ ਕਿਵੇਂ ਹੁੰਦਾ, ਕਿਵੇਂ ਚਲਾਈਦਾ, ਕਿੱਦਾਂ ਨਹੀਂ? ਬਸ ਦੂਰੀ ਰਹੋ ਉਸ ਤੋਂ, ਜੇ ਇੱਕ ਵਾਰ ਪਤਾ ਲੱਗਿਆ ਨੀ ਬੰਦਾ ਫਿਰ ਉਹਦੇ ਵਿੱਚ ਹੀ ਵੜਦਾ ਜਾਂਦਾ। ਟੈਨਸ਼ਨ ਫਰੀ ਹੋ ਤੁਸੀਂ, ਹੱਸਦੇ ਰਹੋ, ਕਾਲ ਕਰਦੇ ਰਿਹਾ ਕਰੋ। ਬਸ ਇਸ ਫੋਨ ਦਾ ਇਹ ਫਾਇਦਾ ਤੁਹਾਨੂੰ ਕਿ ਤੁਸੀਂ ਪ੍ਰੋਗਰਾਮ 'ਚ ਕਾਲ ਕਰਦੇ ਰਹਿਣਾ। ਥੈਂਕ ਯੂ ਸੋ ਮਚ ਸ਼ੀਲਾ ਜੀ, ਕਾਲ ਕਰਨ ਲਈ ਧੰਨਵਾਦ ਹੈ ਤੁਹਾਡਾ। ਜੁੜੇ ਰਹੋ ਪ੍ਰੋਗਰਾਮ ਦੇ ਨਾਲ, ਤੇ ਗਾਣਾ ਸੁਣਾਵਾਂਗੇ ਇਹਨਾਂ ਨੂੰ ਵੀ। ਆਓ ਗੱਲ ਕਰਦੇ ਹਾਂ ਕਾਲਰ ਨਾਲ। ਹੈਲੋ, ਸਤਿ ਸ੍ਰੀ ਅਕਾਲ ਵੀਰ ਜੀ। ਸਤਿ ਸ੍ਰੀ ਅਕਾਲ ਜੀ, ਕੀ ਨਾਮ ਹੈ, ਕਿੱਥੋਂ ਗੱਲ ਕਰ ਰਹੇ ਹੋ? ਮੈਂ ਬੰਸੀ ਲਾਲ ਜੀ, ਪਿੰਡ ਤੇਜਾ ਮੋਰੀ, ਜ਼ਿਲ੍ਹਾ ਅੰਬਾਲਾ। ਹਾਏ ਹਾਏ ਹਾਏ, ਅੰਬਾਲੇ ਤੋਂ ਗੱਲ ਕਰ ਰਹੇ ਹੋ ਬੰਸੀ ਲਾਲ ਜੀ, ਸਵਾਗਤ ਹੈ। ਗਾਣਾ ਕਿਹੜੇ ਸਿੰਗਰ ਦਾ ਸੁਣਨਾ ਤੁਸੀਂ? ਜਿਹੜਾ ਮਰਜ਼ੀ ਲਾ ਦਿਓ, ਜਿਹੜਾ ਮਰਜ਼ੀ ਲਾ ਦਿਓ, ਕੋਈ ਚੱਕਰ ਹੀ ਨਹੀਂ, ਹਾਂ ਤੁਹਾਡੀ ਪਸੰਦ। ਠੀਕ ਹੈ ਜੀ, ਠੀਕ ਹੈ। ਕਦੋਂ ਤੋਂ ਦੇਖ ਰਹੇ ਹੋ ਸਰ ਪ੍ਰੋਗਰਾਮ ਸਾਡਾ? ਬਈ ਵੀ ਪਰਮਜੀਤ ਸਿੰਘ ਬਾਗਾ ਪੁਰਾਣਾ ਨੇ ਜੋੜੇ ਤੇ। ਅੱਛਾ ਜੀ, ਬਾਗਾ ਪੁਰਾਣਾ ਸਾਹਿਬ ਨੇ ਜੋੜਿਆ ਤੁਹਾਨੂੰ? ਹਾਂ ਜੀ ਹਾਂ। ਕਿਵੇਂ ਦਾ ਲੱਗਿਆ ਸਰ ਪ੍ਰੋਗਰਾਮ ਸਾਡਾ? ਖੇਤੀਬਾੜੀ ਕਰਦੇ ਹੋ ਤੇ ਹੋਰ ਕੀ ਨਾਲ ਨਾਲ ਕੀ ਸ਼ੌਂਕ ਰੱਖਦੇ ਹੋ? ਮੈਂ ਇਹ ਪੁੱਛਾਂਗਾ ਤੁਹਾਡੇ ਤੋਂ, ਜੇ ਖੇਤੀ ਨਾ ਕਰ ਰਹੇ ਹੁੰਦੇ ਫਿਰ ਕੀ ਲੱਗਦਾ ਤੁਸੀਂ ਕੀ ਹੁੰਦੇ ਜਾਂ ਕੀ ਕਰਦੇ, ਕੰਮ ਕਾਰ ਕੀ ਕਰ ਰਹੇ ਹੋ? ਬਿਲਕੁਲ ਜੀ ਬਿਲਕੁਲ, ਉਹਦੀ ਰਜ਼ਾ ਦੇ ਵਿੱਚ ਰਹੀਏ ਤਾਂ ਹੀ ਫਾਇਦਾ ਹੈ, ਤਾਂ ਹੀ ਖੁਸ਼ ਰਹਾਂਗੇ, ਖਿੜੇ ਮੱਥੇ ਰਹਿੰਦੇ ਹਾਂ ਅਸੀਂ। ਔਰ ਸਰ ਅੱਛਾ ਲੱਗਿਆ ਜੀ ਖਿੜੇ ਮੱਥੇ ਰਹਿੰਦੇ ਹੋ ਤੁਸੀਂ ਵੀ, ਮੈਨੂੰ ਲੱਗਦਾ, ਔਰ ਅਸੀਂ ਵੀ ਦੇਖੋ ਕਿਵੇਂ ਤੁਹਾਡੀ ਪੋਜ਼ਿਟਿਵ ਐਨਰਜੀ ਨਾਲ ਪੋਜ਼ਿਟਿਵ ਹੋ ਗਏ ਹਾਂ। ਸ਼ੁਕਰੀਆ ਜੀ, ਮੈਂ ਕਿਹਾ ਤੁਸੀਂ ਇੱਦਾਂ ਹੀ ਖਿੜੇ ਮੱਥੇ ਰਹਿਣਾ ਬਸ, ਬੱਲੇ ਬੱਲੇ ਮੈਂ ਬਾਕੀ ਕੋਈ ਚੁੱਕ ਨਹੀਂ। ਸ਼ੁਕਰੀਆ ਸ਼ੁਕਰੀਆ, ਮਿਹਰਬਾਨੀ ਕਾਲ ਕਰਨ ਲਈ, ਧੰਨਵਾਦ ਹੈ। ਦੇਖਿਆ, ਹੱਸ ਕੇ ਗੱਲ ਕਰਦੇ ਹਾਂ, ਜਦੋਂ ਕੁਛ ਵੀ ਲਾਈਫ 'ਚ ਚੱਲ ਰਿਹਾ ਹੋਏ ਨਾ, ਕੁਛ ਵੀ ਐਨੀਥਿੰਗ, ਕਿਸੇ ਵੀ ਟੈਨਸ਼ਨ 'ਚ ਹੋਵੋ, ਕੋਈ ਵੀ ਸਿਚੁਏਸ਼ਨ ਹੋਏ ਜਾਂ ਕੁਛ ਵੀ, ਸੋ ਤਰੀਕੇ ਦੀਆਂ ਚੀਜ਼ਾਂ ਲਾਈਫ 'ਚ ਚੱਲਦੀਆਂ ਹੀ ਰਹਿੰਦੀਆਂ ਨੇ, ਪਾਰਟ ਆਫ ਲਾਈਫ ਹੈਗਾ, ਕੋਈ ਗੱਲ ਨਹੀਂ, ਚੱਲਦੀਆਂ ਰਹਿਣੀਆਂ। ਪਰ ਇੱਦਾਂ ਹੀ ਸਮਾਈਲ ਕਰਦੇ ਕਰਦੇ ਗੱਲ ਕਰਦੇ ਰਹੀਏ, ਥੋੜ੍ਹੇ ਐਨਰਜੈਟਿਕ ਰਹੀਏ ਨਾ, ਤਾਂ ਇਹ ਚੀਜ਼ਾਂ ਐਂ ਫਿੱਕੀਆਂ ਜੀਆਂ ਲੱਗਦੀਆਂ ਨੇ, ਛੋਟੀਆਂ ਛੋਟੀਆਂ। ਸੋ ਇੱਦਾਂ ਹੀ ਹੱਸਦੇ ਰਿਹਾ ਕਰੋ, ਐਨਰਜੈਟਿਕ ਰਹੋ। ਗਾਣਾ ਸੁਣਾਉਂਦੇ ਹਾਂ ਜਿਹੜਾ ਕਿ ਰੈਡੀ ਹੈ, ਇੰਜੋਏ ਕਰਦੇ ਹਾਂ। ਕਾਲਰ ਨਾਲ ਗੱਲ ਕਰਦੇ ਹਾਂ। ਹੈਲੋ ਹੈਲੋ, ਕੀ ਹਾਲ ਜਨਾਬ? ਵਧੀਆ ਜਨਾਬ, ਤੁਸੀਂ ਸੁਣਾਓ ਕੀ ਹਾਲ ਨੇ?
ਠੀਕ ਹੈ ਆਨ ਸ਼ਹਿਰ ਢਾਲੇ ਤੋਂ ਬੋਲਦੇ। ਅੱਛਾ ਜੀ, ਨਾਮ ਕੀ ਦੱਸਿਆ ਤੁਸੀਂ? ਹਰਦੀਪ ਸਿੰਘ। ਹਰਦੀਪ ਸਿੰਘ ਜੀ ਸਵਾਗਤ ਹੈ। ਗਾਣਾ ਕਿਹੜੇ ਸਿੰਗਰ ਦਾ ਸੁਣਨਾ ਤੁਸੀਂ? ਭੁੱਲਰ ਦਾ। ਗੁਰਨਾਮ ਭੁੱਲਰ ਦਾ ਸੁਣਨਾ ਚਾਹੁੰਦੇ ਹੋ ਤੇ ਕਰਦੇ ਕੀ ਹੋ? ਕਰਦੇ ਖੇਤੀ ਪਿਛਲੇ ਹਾਂ ਹੋ ਗਿਆ ਨੀਲਾ ਸ਼ਿਕਾ ਲਾਲ ਨੀ ਲਿਖਿਆ। ਹਾਂਜੀ 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 ਮੈਂ ਲਿਖ ਲਿਆ ਸੀ ਫਿਰ ਉਹ ਮੈਂ ਦੱਸਦਾ ਕਿਵੇਂ ਉਸ ਦਿਨ ਨਾ ਅਸਲ ਚ ਤੁਹਾਡਾ ਸਵਾਲ ਸਮਝ ਨਹੀਂ ਆਇਆ ਸੀ, ਪਰ ਜਦੋਂ ਸਮਝ ਆਇਆ ਸੀਗਾ ਉਹ ਸਮਝ ਦੇ ਨਾਲ ਹੀ ਉਹਦਾ ਆਂਸਰ ਵੀ ਸਮਝ ਆ ਗਿਆ ਸੀਗਾ ਉਸ ਟਾਈਮ ਹੀ। ਪਰ ਮੈਂ ਦਰਸ਼ਕਾਂ ਨੂੰ ਵੀ ਪੁੱਛਿਆ ਸੀਗਾ, ਤੁਸੀਂ ਜੇ ਪ੍ਰੋਗਰਾਮ ਪੂਰਾ ਦੇਖਿਆ ਸੀ ਤਾਂ ਤੁਹਾਨੂੰ ਯਾਦ ਹੋਏਗਾ ਕਿ ਭਾਈ ਐਸਾ ਕੀਤਾ ਹੈ ਕਮਾਲ ਕਿ ਨੀਲਾ ਸਿੱਕਾ ਲਿਖੇ ਲਾਲ। ਹਾਂ ਤੇ ਇਹ ਦਰਸ਼ਕਾਂ ਨੂੰ ਵੈਸੇ ਮੈਂ ਦੱਸ ਹੀ ਦਿੰਦਾ, ਵੈਸੇ ਜੇ ਕਿਸੇ ਨੇ ਨਹੀਂ ਆਂਸਰ ਗੈਸ ਕੀਤਾ ਹੋਇਆ ਸੋ ਆਲਮੋਸਟ ਸਭ ਨੂੰ ਹੀ ਪਤਾ ਹੋਏਗਾ। ਔਰ ਤੁਸੀਂ ਪਹਿਲਾਂ ਮੈਨੂੰ ਇਹ ਦੱਸੋ ਇਹ ਸਵਾਲ ਕੀ ਸੋਚ ਕੇ ਲੈ ਕੇ ਆਏ ਤੁਸੀਂ? ਯਾਰ ਕੋਈ ਡੂੰਘਾ ਜਿਹਾ ਸਵਾਲ ਲੱਭਦੇ ਯਾਰ, ਇਹ ਤਾਂ ਮੈਂ ਕਹਿੰਦਾ ਮੈਂ ਕਿਸੇ ਨੂੰ ਵੀ ਪੁੱਛ ਲੈਣਾ, ਸਕੂਲ ਦੇ ਬੱਚੇ ਨੂੰ ਵੀ ਉਹ ਵੀ ਦੱਸ ਦੇਗਾ। ਕਈਆਂ ਕੋਲ ਨਹੀਂ ਲੱਭਿਆ ਜਾਂਦਾ, ਪਰ ਕੀ ਹੁੰਦਾ ਅਸਲ ਦੇ ਵਿੱਚ ਇੱਥੇ ਜਦੋਂ ਵੀ ਕੋਈ ਗੱਲ ਹੁੰਦੀ ਹੈ ਮੈਂ ਆਪਣੇ ਦਰਸ਼ਕਾਂ ਨਾਲ ਹਮੇਸ਼ਾ ਇਹ ਗੱਲ ਕਰਦਾ ਹੁੰਦਾ ਕਿ ਸਵਾਲ ਦਾ ਜਿਹੜਾ ਜਵਾਬ ਹੁੰਦਾ ਉਹ ਹਮੇਸ਼ਾ ਸਵਾਲ ਦੇ ਵਿੱਚ ਹੀ ਹੁੰਦਾ। ਸੋ ਇਹਦਾ ਜਵਾਬ ਵੀ ਤੁਹਾਡੇ ਸਵਾਲ ਦੇ ਵਿੱਚ ਹੀ ਹੈਗਾ ਕਿ ਨੀਲਾ ਸਿੱਕਾ ਭਾਵੇਂ ਲਿਖਣ 'ਚ ਰੈੱਡ ਨਹੀਂ ਹੋਏਗਾ ਪਰ ਉਹਦੇ ਨਾਲ ਆਪਾਂ ਲਿਖ ਤਾਂ ਲਾਲ ਸਕਦੇ ਹੀ ਹਾਂ ਨਾ। ਜਦੋਂ ਆਪਾਂ ਕਿਸੇ ਰੰਗ ਦਾ ਨਾਮ ਲਿਖਦੇ ਹਾਂ ਤਾਂ ਕਿਵੇਂ ਲਿਖਦੇ ਹਾਂ? ਲਾਲ, ਲੱਲੇ ਕੱਲਾ ਲੱਲਾ ਲਾਲ। ਸੋ ਉਹਦੇ ਨਾਲ ਕੱਲਾ ਲਾਲ ਨਹੀਂ, ਹੋਰ ਬਹੁਤ ਸਾਰੇ ਰੰਗ ਲਿਖੇ ਜਾ ਸਕਦੇ ਹਾਂ। ਉਹਨੂੰ ਥੋੜਾ ਜਾ ਸਿੱਧੇ ਤਰੀਕੇ ਨਾਲ ਨੀ, ਥੋੜਾ ਜਾ ਪੁੱਠਾ ਜਾ ਬਣਾ ਕੇ ਪੁੱਛਿਓ, ਠੀਕ ਹੈ? ਹਾਂ, ਪਰ ਉਹਦੇ ਨਾਲ ਅੱਗੇ ਆਹ ਲਾਈਨ ਜ਼ਰੂਰ ਐਡ ਕਰ ਦੇਣੀ ਆ। ਹੁਣ ਜਿਵੇਂ ਇਹਦੇ ਨਾਲ ਐਡ ਕਰ ਦਿੱਤੀ ਗਈ ਸੀਗੀ ਕਿ ਵਾਹ ਕੈਸਾ ਇਹ ਕਮਾਲ ਕਿ ਨੀਲਾ ਪੈਨ ਲਿਖੇ ਲਾਲ, ਏਦਾਂ ਪੁੱਛਦੇ ਤਾਂ ਫਿਰ ਅਗਲਾ ਕਨਫਿਊਜ਼ ਹੁੰਦਾ। ਸ਼ੁਕਰੀਆ ਜੀ ਕਾਲ ਕਰਨ ਲਈ, ਮਿਹਰਬਾਨੀ, ਧੰਨਵਾਦ ਤੁਹਾਡਾ, ਸ਼ੁਕਰੀਆ ਸ਼ੁਕਰੀਆ ਸ਼ੁਕਰੀਆ। ਸੋ ਆਪਾਂ ਇੱਕ ਦੂਜੇ ਦੇ ਸਾਰੇ ਜਣੇ ਯਾਰ ਦੋਸਤਾਂ ਭੈਣ ਭਰਾ ਹੈਗੇ ਹਾਂ, ਸੋ ਇੱਦਾਂ ਇੱਕ ਦੂਜੇ ਨੂੰ ਹਰ ਇੱਕ ਚੀਜ਼ ਆਪਾਂ ਸਿਖਾਉਣੀ ਹੈ। ਕੋਈ ਨੌਲੇਜ ਹੈ ਸਾਡੇ ਕੋਲ ਤਾਂ ਤੁਸੀਂ ਦੱਸਣੀ ਹੈ, ਮਤਲਬ ਜੇ ਸਾਡੇ ਕੋਲ ਆ ਤਾਂ ਅਸੀਂ ਤਾਂ ਗੱਲ ਕਰ ਹੀ ਰਹੇ ਹਾਂ। ਜੇ ਤੁਹਾਡੇ ਕੋਲ ਹੈਗੀ ਆ ਤੁਸੀਂ ਵੀ ਕਾਲ ਕਰਕੇ ਸ਼ੇਅਰ ਕਰ ਸਕਦੇ ਹੋ, ਬਹੁਤ ਜਣਿਆਂ ਤੱਕ ਇਹ ਚੀਜ਼ ਪਹੁੰਚ ਜਾਂਦੀ ਹੈ। ਯੂ ਨੈਵਰ ਨੋ ਕਿਹੜੀ ਚੀਜ਼ ਕਿਸ ਦੇ ਕਿੱਥੇ ਕੰਮ ਆ ਜਾਂਦੀ ਹੈ। ਜਿਵੇਂ ਸਿਆਣੇ ਦੀ ਕਹਾਵਤ ਹੈ ਕਿ ਖੋਟਾ ਸਿੱਕਾ ਕੰਮ ਆ ਜਾਂਦਾ ਟਾਈਮ ਤੇ, ਯਾਦ ਰੱਖਣੀ ਹੈ ਗੱਲ। ਗਾਣਾ ਸੁਣਦੇ ਹਾਂ। ਕਾਲਰ ਨਾਲ ਗੱਲ ਕਰਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿੱਥੋਂ ਗੱਲ ਕਰ ਰਹੇ ਹੋ ਜੀ? ਅੱਛਾ ਜੀ, ਸਵਾਗਤ ਹੈ ਤੁਹਾਡਾ। ਗਾਣਾ ਕਿਹੜੇ ਸਿੰਗਰ ਦਾ ਸੁਣਨਾ ਜੀ ਤੁਸੀਂ? ਕਲੀਅਰਕੰਠ ਦਾ ਸੁਣਨਾ ਚਾਹੁੰਦੇ ਹੋ? ਫਸਟ ਟਾਈਮ ਕਾਲ ਕਰ ਰਹੇ ਹੋ ਸਰ? ਹਾਂਜੀ, ਪਹਿਲੀ ਵਾਰ ਕਾਲ ਕਰ ਰਹੇ ਹੋ ਜੀ ਤੁਸੀਂ? ਦੂਜੀ ਵਾਰ ਲੱਗਿਆ ਹੈ ਤੇ ਕਿਵੇਂ ਦਾ ਲੱਗ ਰਿਹਾ ਅੱਜ ਦੂਜੀ ਵਾਰ ਵੀ ਕਾਲ ਲੱਗ ਗਈ ਹੈ? ਹਾਂਜੀ ਵਧੀਆ ਲੱਗ ਰਿਹਾ। ਵਧੀਆ ਲੱਗਦਾ ਹੈ, ਮਤਲਬ ਰੈਗੂਲਰ ਦੇਖਣ ਲੱਗ ਗਏ ਹੋ ਤੁਸੀਂ ਪ੍ਰੋਗਰਾਮ? ਹਾਂਜੀ ਹਾਂਜੀ। ਚਲੋ ਅੱਛਾ ਲੱਗਿਆ ਜੀ ਸਾਨੂੰ ਇਹ ਸੁਣ ਕੇ ਵੀ, ਔਰ ਕੱਲੇ ਨਹੀਂ ਰੱਖਣਾ, ਦੂਜਿਆਂ ਨੂੰ ਵੀ ਦੱਸੋ ਯਾਰ, ਕਿਉਂਕਿ ਅੱਜ ਕੱਲ੍ਹ ਟਾਈਮ ਨਹੀਂ ਹੈਗਾ ਸਾਡੇ ਕੋਲ ਕਿਸੇ ਕੋਲ ਵੀ ਬੈਠ ਕੇ ਟੀਵੀ ਦੇਖਣ ਦਾ। ਬਹੁਤ ਤੁਸੀਂ ਹੁਣ ਕਾਲ ਵੀ ਸੁਣਿਆ ਹੋਣਾ ਕਿ ਉਹ ਦੱਸ ਰਹੇ ਸੀਗੇ ਕਿ ਬੱਚਿਆਂ ਕੋਲ ਟਾਈਮ ਨਹੀਂ ਹੈ, ਬੱਚੇ ਹਰ ਕੋਈ ਆਪਦੀ ਆਪਦੀ ਫੋਨਾਂ ਦੇ ਵਿੱਚ ਵਿਅਸਤ ਹੈ ਕਿ ਨਹੀਂ?
ਪਰ ਜਿੱਥੇ ਇੱਕ ਜੁੜਦੇ ਹਾਂ ਇੱਕ ਜਗ੍ਹਾ ਤੇ ਬੈਠ ਕੇ ਕਾਫੀ ਜਣੇ ਜੁੜਦੇ ਹਾਂ, ਕਾਫੀ ਗੱਲਾਂ ਕਰਦੇ ਹਾਂ ਪ੍ਰੋਗਰਾਮ 'ਚ, ਤੁਹਾਨੂੰ ਪਤਾ ਹੀ ਹੈ, ਔਰ ਕਾਫੀ ਹੋਰ ਤੁਹਾਡੇ ਵਰਗੇ ਦਰਸ਼ਕ ਚਾਹਣ ਵਾਲੇ ਕਾਲ ਕਰਦੇ ਹਾਂ, ਸੋ ਇੱਕ ਦੂਜੇ ਦੇ ਸਾਨੂੰ ਸੋਚ ਦਾ ਸਮਝ ਆਉਂਦੀ ਹੈ ਨਾ, ਇੱਕ ਦੂਜੇ ਦੀ ਪਤਾ ਚੱਲਦਾ ਹੈ ਜੀ। ਸ਼ੁਕਰੀਆ ਜੀ ਕਾਲ ਕਰਨ ਲਈ, ਧੰਨਵਾਦ ਹੈ। ਬਸ ਇੱਦਾਂ ਹੀ ਪਿਆਰ ਕਰਦੇ ਰਹੋ, ਤੁਸੀਂ ਵੀ ਕਾਲ ਕਰਦੇ ਰਹੋ। ਸੋਰੀ ਕਿ ਮੈਂ ਜ਼ਿਆਦਾ ਲੰਬੀ ਗੱਲ ਨਹੀਂ ਕਰ ਪਾਇਆ, ਬਿਕੋਜ਼ ਤੁਹਾਨੂੰ ਪਤਾ ਯਾਰ ਸਮਾਂ, ਸਮੇਂ ਦੀ ਕਦਰ ਜ਼ਰੂਰੀ ਹੈ, ਕਿਉਂਕਿ ਸਮਾਂ ਇਹ ਸਾਡੀ ਰੂਲ ਵੀ ਹੈ, ਸਾਡੀ ਲਾਈਫ ਦਾ ਇੱਕ ਰੂਲ ਹੈਗਾ। ਸੋ ਸਮੇਂ ਦੇ ਅਕੋਰਡਿੰਗ ਚੱਲਣਾ ਹੈ, ਰਾਈਟ, ਰੂਲ ਰੈਗੂਲੇਸ਼ਨ ਦੇ ਅਕੋਰਡਿੰਗ ਚੱਲਣਾ ਹੈ। ਸੋ ਫਿਲਹਾਲ ਅੱਗੇ ਜਾਣ ਦੀ ਇਜਾਜ਼ਤ ਨਹੀਂ ਹੈਗੀ, ਕੀ ਕਰ ਸਕਦਾ ਜੀ, ਨਹੀਂ ਕਰਦਾ ਜਾਣ ਨੂੰ, ਪਰ ਪਤਾ ਹੈ ਨਾ ਹਫ਼ਤੇ 'ਚ 3 ਦਿਨ ਤਾਂ ਆਉਂਦੇ ਹੀ ਆ, ਸੋਮਵਾਰ ਬੁੱਧਵਾਰ ਸ਼ੁੱਕਰਵਾਰ, ਉਦੋਂ ਜੁੜ ਸਕਦੇ ਹੋ, ਗੱਲ ਕਰ ਸਕਦੇ ਹੋ। ਅੱਜ ਲਈ ਫਿਲਹਾਲ ਇੰਨਾ ਹੀ, ਅਤੇ ਬਸ ਬਣੇ ਰਹੋ, ਸਮਾਈਲ ਕਰਦੇ ਰਹੋ, ਅਤੇ ਜਲਦ ਮਿਲਾਂਗੇ ਅਗਲੇ ਐਪੀਸੋਡ 'ਚ। ਟਿਲ ਦੈਨ ਖੁਸ਼ ਰਹੋ, ਰੱਬ ਰੱਖਾ, ਫਿਲਹਾਲ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਰਾ ਗਾਣਾ ਚਲਾ ਦਿਓ। ਹਾਂ ਹਾਂ।